ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਡਾਕਟਰ ਅੰਬੇਡਕਰ ਲੈਦਰ ਐਸੋਸੀਏਸ਼ਨ ਫਿਲੌਰ ਵੱਲੋਂ ਨੂਰਮਹਿਲ ਰੋਡ ਫਿਲੌਰ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਚੇਅਰਮੈਨ ਯਸ਼ਪਾਲ ਗਿੰਡਾ ਨੇ ਕਿਹਾ ਹੈ ਕਿ ਇਸ ਕਰਫਿਊ ਦੌਰਾਨ ਉਹਨਾਂ ਦਾ ਲੱਖਾਂ ਦਾ ਚਮੜਾ ਖਰਾਬ ਹੋ ਰਿਹਾ ਹੈ ਅਤੇ ਉਹਨਾਂ ਵੱਲੋਂ GST ਅਤੇ ਹੋਰ ਵੀ ਜੋ ਸਰਕਾਰੀ ਗਤੀਵਿਧੀਆਂ ਜਾਂ ਹਦਾਇਤਾਂ ਹਨ ਉਹਨਾਂ ਨੂੰ ਪੂਰਾ ਕੀਤਾ ਗਿਆ ਹੈ, ਪਰ ਹੁਣ ਔਖੀ ਘੜੀ ਵਿੱਚ ਸਰਕਾਰ ਉਹਨਾਂ ਦੀ ਸਾਥ ਨਹੀਂ ਲੈ ਰਹੀ। ਨਾਲ ਹੀ ਉਹਨਾਂ ਲੋਕਲ ਪ੍ਰਸ਼ਾਸਨ ਤੇ ਲੀਡਰਾਂ ਤੇ ਵੀ ਉਹਨਾਂ ਦੀ ਅਣਦੇਖੀ ਕਰਨ ਦੇ ਆਰੋਪ ਲਗਾਏ ਨੇ ਅਤੇ ਸਰਕਾਰ ਅੱਗੇ ਮੰਗ ਕੀਤੀ ਹੈ ਕਿ ਉਹਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ। ਚੇਅਰਮੈਨ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹਨਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਸੜਕਾਂ ਤੇ ਚਮੜਾ ਸੁੱਟਣ ਤੋਂ ਵੀ ਗੁਰੇਜ਼ ਨਹੀਂ ਕਰਨਗੇ ਅਤੇ ਨਾਲ ਹੀ ਪਿੰਡਾਂ ਤੋਂ ਮਰੇ ਪਸ਼ੂ ਵੀ ਚੁੱਕੜੇ ਬੰਦ ਕਰ ਦੇਣਗੇ। ਅੱਜ ਅਸੀਂ ਸਾਰਿਆਂ ਨੇ ਦੁਖੀ ਹੋ ਗਿਆ ਜੇ ਪ੍ਰੈਸ ਕਾਨਫਰੰਸ ਕਰਨ ਜੋ ਜਾ ਰਹੇ ਆ, ਜੋ ਸਾਡਾ ਚਮੜਾ ਆ ਗਦਾਮਾਂ ਦੇ ਵਿੱਚ ਔਰ ਘਰਾਂ ਦੇ ਵਿੱਚ ਜੋ ਅੱਜ ਸਾਡਾ ਚਮੜਾ ਮੰਡੀ ਦੇ ਵਿੱਚ ਗਲ ਰਿਹਾ ਉਹ ਸੜ ਰਿਹਾ ਆ। ਜੇ ਸਬਜ਼ੀ 4 ਦਿਨ ਨਾ ਵਿਕੇ ਤੇ ਉਹ ਸਬਜ਼ੀ ਵੀ ਗਲ ਜਾਂਦੀ ਆ, ਸੜ ਜਾਂਦੀ ਆ। ਸਾਡਾ ਇਹੀ ਸਾਡਾ ਜੋ ਚਮੜਾ ਆ ਇਹ ਜੇ ਜਿਹੜੀ ਆ ਧੁੱਪ ਲੱਗ ਰਹੀ ਆ, ਜਿਹੜੀ ਲੂ ਵਗ ਰਹੀ ਆ, ਇਹ ਇੱਕ ਇੱਕ ਸਕਿੰਟ ਵਿੱਚ ਇਹ ਮੰਨ ਲੈਂਦੇ ਵੀ ਆਪਾਂ ਜ਼ਹਿਰ ਆ, ਜ਼ਹਿਰ ਫੈਲ ਰਹੀ ਹੈਗੀ ਆ। ਔਰ ਸਾਡੀ ਚਮੜਾ ਮੰਡੀ 'ਚ ਤੁਸੀਂ ਸਾਰਾ ਪ੍ਰੈਸ ਨੇ ਦੇਖ ਲਿਆ ਵੀ ਕਿੰਨਾ ਲੱਖਾਂ ਦਾ ਚਮੜਾ ਪਿਆ ਆ, ਔਰ ਸਾਡੇ ਗ੍ਰਾਮਾਂ ਦੇ ਵਿੱਚ ਚਮੜਾ ਲੱਖਾਂ ਦਾ ਪਿਆ ਆ। ਸਾਡੇ ਇੱਥੇ ਤਾਜ ਟੈਂਡੀ ਆ, ਇੱਕ ਓਂਕਾਰ ਟੈਂਡੀ ਆ, ਮੰਨ ਵੀ ਹੋਰ ਜਿੰਨੇ ਬੈਗ ਟੈਂਡ ਵਾਲੇ ਘਰਾਂ ਦੇ ਵਿੱਚ ਕੰਮ ਕਰਦੇ ਆ, ਔਰ ਉਹ ਜਿੱਦਾਂ ਅਸੀਂ GST ਸਰਕਾਰ ਨੂੰ ਦਿੰਦੇ ਹਾਂ, ਸਰਕਾਰ ਨੂੰ ਹਰ ਅਸੀਂ ਸਹੂਲਤਾਂ ਦਿੰਦੇ ਹਾਂ, ਔਰ ਸਾਨੂੰ ਸਰਕਾਰ ਕੋਲ ਸਹੂਲਤ ਨਹੀਂ, ਸਾਡੀ ਜੇਬ 'ਚੋਂ ਸਰਕਾਰ ਉਹ 'ਚ ਪੈਸੇ ਕੱਢਦੀ ਆ। ਕੱਲ੍ਹ ਮੈਨੇਜਰ ਸਾਹਿਬ ਦਾ ਮੈਨੂੰ ਟੈਲੀਫੋਨ ਆਇਆ, ਮੈਂ ਬੜੇ ਦੁਖੀ ਹੋ ਕੇ ਗੱਲ ਕਹਿਣ ਲੱਗਾ ਸੀ ਤਾਂ ਤੁਹਾਡੇ ਨਾਲ ਗੱਲ ਸਾਂਝੀ ਕਰਦੇ ਹਾਂ। ਮੈਨੇਜਰ ਨੇ ਕਿਹਾ ਆਪਣੇ ਪੈਸੇ ਜਮ੍ਹਾਂ ਕਰਾਓ ਜੀ, ਮੈਂ ਉਹਨੂੰ ਕਿਹਾ ਵੀ ਜਿਹੜੀ ਮੇਰੇ 'ਤੇ ਕਾਰਵਾਈ ਬਣਦੀ ਕਰਦੇ, ਮੈਂ ਤੈਨੂੰ ਪੈਸੇ ਕਿੱਥੋਂ ਜਮ੍ਹਾਂ ਕਰਾਵਾਂ? ਸਾਡੇ ਦਾ ਕਾਰੋਬਾਰ ਹੀ ਬੰਦ ਪਿਆ ਹੈਗਾ। ਜੇ ਸਾਡੀ ਕੋਈ ਜ਼ਮੀਨ ਕੁੜਕਣੀ ਆ ਸਰਕਾਰ ਨੇ ਕੁੜਕ ਲਵੇ, ਸਾਨੂੰ ਕੋਈ ਝਿਜਕ ਨਹੀਂ ਹੈਗੀ। ਜੇ ਸਾਨੂੰ ਸੜਕਾਂ 'ਤੇ ਚਮੜਾ ਸਿੱਟਣਾ ਪਿਆ, ਅਸੀਂ ਸਰਕਾਰ ਨੂੰ ਮੈਂ ਚੇਤਾਵਨੀ ਦਿੰਦਾ ਹਾਂ ਚੇਅਰਮੈਨ ਲੈਦਰ ਐਸੋਸੀਏਸ਼ਨ ਦੇ ਨਾਤੇ ਵੀ ਜੇ ਸਾਨੂੰ ਸੜਕਾਂ 'ਤੇ ਚਮੜਾ ਸਿੱਟਣਾ ਪਿਆ ਤਾਂ ਸਬਜ਼ੀ ਦੀ ਤਰ੍ਹਾਂ ਚਮੜਾ ਵੀ ਸੜਕਾਂ 'ਤੇ ਸੁੱਟਾਂਗੇ, ਔਰ ਜੇ ਕੋਈ ਸਾਨੂੰ ਸੰਘਰਸ਼ ਕਰਨਾ ਪਿਆ ਲੈਦਰ ਐਸੋਸੀਏਸ਼ਨ ਵਪਾਰੀਆਂ ਨੂੰ ਔਰ ਬੈਗ ਟੈਨਗੇ ਹੱਡਾ ਰੂੜੀ ਵਾਲਿਆਂ ਨੂੰ, ਔਰ ਪਿੰਡਾਂ ਦੇ ਵਿੱਚੋਂ ਜੋ ਚਮੜਾ ਆ ਅਸੀਂ ਬਿਲਕੁਲ ਮਰੇ ਡੰਗਰ ਚੱਕਣੇ ਬੰਦ ਕਰ ਦੇਵਾਂਗੇ। ਮੀਡੀਆ ਨਾਲ ਗੱਲਬਾਤ ਤੋਂ ਬਾਅਦ ਚੇਅਰਮੈਨ ਦੀ ਅਗਵਾਈ ਵਿੱਚ ਸਮੂਹ ਚਮੜਾ ਵਪਾਰੀਆਂ ਵੱਲੋਂ ਤਹਿਸੀਲਦਾਰ ਫਿਲੌਰ ਤਪਨ ਭਨੌਟ ਨੂੰ ਆਪਣੀਆਂ ਮੰਗਾਂ ਸੰਬੰਧੀ SDM ਫਿਲੌਰ ਦੇ ਨਾਮ ਇੱਕ ਮੰਗ ਪੱਤਰ ਦਿੱਤਾ ਗਿਆ, ਜਿਸ ਨੂੰ ਲੈਣ ਉਪਰੰਤ ਤਹਿਸੀਲਦਾਰ ਨੇ ਭਰੋਸਾ ਦਿੱਤਾ ਹੈ ਕਿ ਇਹਨਾਂ ਦੀਆਂ ਮੰਗਾਂ ਨੂੰ ਜਲਦ ਹੀ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਅੱਜ ਡਾਕਟਰ ਅੰਬੇਦਕਰ ਲੈਦਰ ਐਸੋਸੀਏਸ਼ਨ ਫਿਲੌਰ ਰਜਿਸਟਰਡ ਦੁਆਰਾ ਇੱਕ ਮੈਮੋਰੈਂਡਮ SDM ਸਾਹਿਬ ਫਿਲੌਰ ਦੇ ਨਾਮ 'ਤੇ ਦਿੱਤਾ ਗਿਆ। ਇਹਨਾਂ ਦੁਆਰਾ ਸਾਡੇ ਧਿਆਨ ਵਿੱਚ ਲਿਆ ਗਿਆ ਕਿ ਜਿਹੜੇ ਲੈਦਰ ਮੈਨੂਫੈਕਚਰਰਸ ਨੇ ਉਹਨਾਂ ਦਾ ਕਾਫੀ ਨੁਕਸਾਨ ਹੋ ਰਿਹਾ, ਸੋ ਇਹਨਾਂ ਨੇ ਹੋਰ ਵੀ ਇਹਦੇ ਵਿੱਚ ਕਾਫੀ ਮੰਗਾਂ ਜਿਹੜੀਆਂ ਰੱਖੀਆਂ ਨੇ। ਸੋ ਮੈਂ ਇਹਨਾਂ ਨੂੰ ਯਕੀਨ ਦਵਾਉਂਦਾ ਕਿ ਇਹਨਾਂ ਨੇ ਜੋ ਜੋ ਮੰਗਾਂ ਅੱਜ ਸਾਨੂੰ ਦੇ ਕੇ ਚੱਲੇ ਮੈਮੋਰੈਂਡਮ ਦੇ ਰੂਪ ਵਿੱਚ, ਉਹ ਅਸੀਂ ਜ਼ਰੂਰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਤੁਰੰਤ ਲਿਆਵਾਂਗੇ। ਧੰਨਵਾਦ। ਫਿਲੌਰ ਤੋਂ ਅਮਰਜੀਤ ਸਿੰਘ ਮੋਨੂ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।